भवानीगढ़ पटियाला रोड दी तस्वीरां जो तुसी अपनी स्क्रीन ते देख रहे हो, जिस विच एक तेल दे टैंकर चों कुछ लोग बाहर डुल रहे तेल नूं अपनियां बाल्टियां पीपियां विच पा रहे ने ते बहुत सारा डीजल तेल सड़क ते डुल्लिया होया। दरअसल भवानीगढ़ पटियाला रोड ते एक फ्लाईओवर दे थले एक ट्रक ने डीजल वाले एक टैंकर नूं टक्कर मारी ते टैंकर दी टैंकी लीक होण ते इह सारा तेल डीजल बाहर डुलना शुरू हो गया ते लोकां ने फायदा चुकदे हुए अपनियां पीपियां ते बाल्टियां भरनियां शुरू कर दित्तियां। ਹਰਪ੍ਰੀਤ ਜੀ ਕੀ ਮਾਮਲਾ ਕੀ ਗੱਲ ਹੋਈ ਹੈ? ਉਸ ਦਾ ਸਮਾਣੇ ਜਾ ਰਹੇ ਸੀਗੇ ਜੀ, ਹੁਣ ਕੋਲ ਤੋਂ ਥੱਲੋਂ ਦੀ ਆਰਾਮ ਨਾਲ ਜਾ ਰਹੇ ਆ, ਇਧਰੋਂ ਨਾਭੇ ਕਿ ਨੂੰ ਆਈ ਆ ਗੱਡੀ, ਦਾੜ ਦੇਣੇ ਕੁਛ ਨਹੀਂ ਦੇਖਿਆ ਵਿਚਾਲੇ ਟੈਂਕ ਦੇ ਮਾਰਤੀ। ਕਿੰਨੇ ਲੀਟਰ ਡੀਜ਼ਲ ਦੀ ਹੈ ਜੀ? ਇਹ 18,000 ਲੀਟਰ ਹੈ ਜੀ। ਹਾਂਜੀ, ਇਹ ਸਾਰਾ ਡੁੱਲ ਜੂਗਾ ਹੁਣ? ਨਹੀਂ ਜੀ, ਇੱਕ ਚੈਂਬਰ ਪਾਟ ਗਿਆ, 4500 ਲੀਟਰ ਡੁੱਲੂਗਾ। 4500 ਨੁਕਸਾਨ ਹੋ ਗਿਆ? ਹਾਂਜੀ। ਤੇ ਤੁਸੀਂ ਕੋਈ ਗੱਲਬਾਤ ਕੀਤੀ ਕਿਸੇ ਨਾਲ ਜਿਨ੍ਹਾਂ ਨੇ ਵਿੱਚ ਮਾਰੀ ਹੈ ਗੱਡੀ? ਉਹ ਫੜੇ ਨੇ ਜੀ, ਉਹਦਾ ਉਲਟਾ ਸਾਨੂੰ ਕਹਿੰਦਾ ਤੇਰਾ ਕਸੂਰ ਆ ਵੀ ਆ, ਪੁਲ ਦੇ ਥੱਲੋਂ ਦੀ ਤਾਂ ਗੱਡੀ ਤੇਜ਼ ਨਿਕਲੇ ਨਹੀਂ ਸਕਦੀ, ਇਸ ਤੇ ਆਰਾਮ ਨਾਲ ਆ ਰਹੇ ਹਾਂ, ਫਿਰ ਵੀ ਲਿਆ ਕੇ ਉਧਰੋਂ ਲਿਆ ਕੇ ਵਿੱਚ ਮਾਰੀ। ਸਵੀਰ ਕੀ ਗੱਲ ਹੋਈ ਹੈ, ਤੁਸੀਂ ਕਿੱਥੋਂ ਆ ਰਹੇ ਤੇ ਕੀ ਪਉਂਦੇ? ਮੈਂ ਮਾਝੀ ਪਿੰਡ ਤੋਂ ਜੀ ਠੋਕਰ ਲਾ ਰਿਹਾ ਜੀ, ਮੈਂ ਇੱਥੋਂ ਗੱਡੀ ਹੌਲੀ ਕੀਤੀ ਹੈ, ਠੀਕ ਹੈ ਜੀ, ਉਹਦਾ ਮੈਨੂੰ ਪਤਾ ਨਹੀਂ ਲੱਗਾ ਵੀ ਇੱਕੋ ਲਾ ਤੇ ਸਪੀਡ ਨਾਲ ਇੱਧਰੋਂ ਆਇਆ ਜੀ। ਉਹਨੇ ਆ ਕੇ ਆਪਣੀ ਗੱਡੀ ਦੇ ਮੂਹਰੇ ਕਰਤੀ? ਗੱਡੀ ਮੂਹਰੇ ਇੱਕੋ ਲਾ ਤਾਂ ਹੀ ਕਰਤੀ ਜੀ, ਇੱਕੋ ਲਾ ਸਪੀਡ ਨਾਲ ਜੀ, ਮੈਂ ਤਾਂ ਹਲੇ ਆਰਾਮ ਨਾਲ ਆਏ ਵਾਲੇ ਬਣ ਕੇ ਖੜਾ ਕੇ ਰੋਡ ਤੇ ਚੜਾਈ ਰਿਹਾ ਸੀਗਾ। ਤੇ ਹੁਣ ਆਪਣੀ ਗੱਡੀ ਦਾ ਕਿੰਨਾ ਨੁਕਸਾਨ ਹੋ ਗਿਆ? ਤੁਹਾਡੇ ਸਾਹਮਣੇ ਹੀ ਨਿਸ਼ਾਨ ਦੇ ਸਾਰੀ ਭੰਨੀ ਗਈ? ਆਹ ਸਾਹਮਣੀ ਭੰਨੀ ਗਈ। ਇਹਦੀ ਤੂੰ ਪਾ ਲੈਂਦਾ ਉੱਪਰ ਤੇ ਬੜਾ ਮੂਹ ਵੀ ਬੜਾ ਸਾਰੇ ਪਾ ਲੈਂਦਾ ਮੇਰੇ ਚਾਰ ਪੰਜ ਪਾ ਲੈ ਉਹ ਤੂੰ ਫਤੂ ਕੰਮ।